ਉੱਪਰੋਂ ਤਾਂ ਤਾਂ ਥੋੜ੍ਹੀ ਕੀਤੀ ਹੈ ਵੀ ਉਹ ਇਹਨੂੰ ਖੋਲਾਂਗਾ ਨਾ ਅਤੇ ਬਾਹਰ ਆ ਜਾਈਏ। ਕਿੰਨੇ ਦਿੱਤੀ ਇਹ 120 ਰੁਪਏ ਦੀ 300 ਸੀ। ਇਹ ਹਾਰਡ ਹੋ ਜਾਂਦੀ ਹੈ ਵਾਰ ਵਾਰ, ਯਾਨੀ ਕਿ ਨਾ ਫਰਿੰਜ ਜੇ ਹਾਂ ਜਦੋਂ ਸਖਤ ਹੋ ਜਾਵੇ ਫਿਰ ਨਹੀਂ ਪਾਣੀ ਪੈਂਦੀ ਹੈ। ਬਸ ਇੱਕ ਪੁਆਇੰਟ ਲਾਉਣਾ ਹੈ, ਬਸ 10 ਪੁਆਇੰਟ ਨੇ ਇਹਦੇ ਵਿੱਚ, ਲੇਕਿਨ 1 ਪੁਆਇੰਟ ਹੀ ਲਾਉਣਾ ਬਸ। ਥੋੜਾ ਮਸਲੇ ਦਾ ਜਲ ਖੂਨ ਜਗ੍ਹਾ ਸ਼ਾਮਿਲ ਹੋ ਗਿਆ ਇਹਨੂੰ ਲੱਗ ਗਈ। ਇਹ ਤਰੀਕਾਕਾਰ ਔਖਾ ਤਾਂ ਕੋਈ ਨਹੀਂ, ਔਖਾ ਤਾਂ ਜਿਹਨੂੰ ਨਹੀਂ ਪਤਾ ਉਹਦੇ ਵਾਸਤੇ ਤਾਂ ਮੁਸ਼ਕਿਲ ਹੀ ਹੈ। ਹਾਂ ਉਹਦੇ ਵਾਸਤੇ ਮੁਸ਼ਕਿਲ ਹੀ ਹੈ। ਇਹ ਕਿਹਦਾ ਬੱਚਾ? ਇਹ ਵੀ ਚੀਨੇ ਦਾ ਪੁੱਤ, ਨੀਲੇ ਦਾ ਪੁੱਤ ਹੈ, ਨੀਲੇ ਦੇ ਪੁੱਤਰ ਦਾ ਪੁੱਤ ਹੈ। ਬੜੇ ਆਰਾਮ ਨਾਲ ਸਕੂਨ ਨਾਲ ਮਾਦਾ ਆਪਣੀ ਹੈ, ਆਪਣੀ ਟੈੜੀਆਂ ਦੀ ਵੱਡੀ। ਅੱਛਾ ਕੱਲ੍ਹ ਆਈ ਹੈ। ਇਹ ਕਿਹੜੀ ਨਸਲ ਜਾਂ ਟੈੜੀ? ਟੈੜੀ ਕਿਹੜੇ? ਇਹ ਆਪਣੇ ਡੈਡੀ ਨੇ, ਇਸ ਪੱਟੀ ਦਾ ਭਾਈ ਵੀ ਗਿਆ 20,000 ਰੁਪਏ। ਅੱਛਾ ਮਾਂ ਹੋਈ ਸੀ ਕਿ ਉਹਦਾ ਫਰਕ ਆਖੇ ਦੀ ਮੁਖਤਲਿਫ ਨਹੀਂ ਦੋਸਤ ਟੈੜੀਆਂ ਨਾਲੋਂ? ਨਹੀਂ ਅੱਖ ਲਾਲ ਜਿਹੜਾ ਹੈਗਾ, ਲਾਲ ਜਿਹੜਾ ਵੀ ਆਉਂਦਾ ਬਾਅਦ 'ਚ ਸਫੈਦ ਕਰ ਦਿੰਦੇ ਨੇ ਉਮਰ ਦੇ ਨਾਲ। ਅੱਛਾ ਇਹ ਕਿੰਨੀ ਜੁੜੇ? ਇਹ ਕੂਤਾ ਦਾ ਬੱਚਾ ਮੈਂ ਛੱਡਿਆ ਪਹਿਲਾਂ, ਮੈਂ ਬਾਹਰ ਲੈ ਗਿਆ ਫੜ ਕੇ। ਅੱਛਾ ਸ਼ਾਮੀ ਵਾਪਸ ਆ ਗਿਆ ਛੁੱਟ ਗਈ ਕੀਨੇ ਦਾ ਗੋਲਡਨ ਮਾਦਾ ਨਾ ਕਰਿਆ। ਅੱਛਾ ਇਸ ਕਬੂਤਰ ਦਾ ਦੂਸਰੀ ਗੋਲਡਨ ਮਾਦਾ ਨਾ? ਹਾਂ ਇਹ ਹੁਣ ਖਾਲਸ ਜੋੜਾ ਮਿਲਾਇਆ ਮੈਂ ਇਹਦੇ ਬੱਚੇ ਕਰਾਏ। ਅੱਛਾ ਸਾਲੇ ਨੇ ਐਵੇਂ ਤਾਂ ਬੱਚੇ ਨਹੀਂ ਕੱਢੇ। ਅੱਛਾ ਕੱਢੇ ਗੋਲਡਨ ਕੱਢੇ? ਹਾਂ ਹੁਣ ਕਿਹੋ ਜਿਹੇ ਕੱਢੇ? ਗੋਲਡ ਹੁਣ ਤਾਂ ਜੁੜਾ ਮਿਲਾਇਆ ਹੀ ਹੈ। ਅੱਛਾ ਹੁਣ ਮਿਲਾਇਆ, ਹੁਣ ਖਾਲਸ ਜੁੜਾ ਮਿਲਾ ਤਾ ਕਿ ਵੀ ਕਿਦੋਂ ਐਵੇਂ ਦੀ ਕਢਾਉਂਦੇ। ਠੀਕ ਹੈ ਬਾਅਦ 'ਚ ਕ੍ਰਾਸ ਕਰੂਸ ਕਰ ਲਵਾਂਗੇ ਸਹੀ ਨਹੀਂ? ਠੀਕ ਹੈ ਇਹ ਸੇਬੇ ਵਾਲੇ? ਹਾਂ ਇਹ ਬੜੇ ਮੌਕੇ ਲੈ ਕੇ ਆਉਂਦੇ 2 ਬੱਚੇ ਮੈਂ। ਅੱਛਾ ਬੱਚੇ ਦਿੱਤੇ ਸੀ ਉਮਰ ਦੇ ਨੇ, ਠੀਕ ਦਾ ਸੀਗਾ ਉਹ ਬੜੇ ਮਹਿੰਗੇ, ਮੈਂ ਬੱਚੇ ਲੈ ਕੇ ਜਵਾਨ ਕੀਤੇ। ਇਹਨਾਂ ਦੇ 2 ਪੱਠੇ ਵੀ ਨੇ ਆਪਣੇ ਕੋਲ, ਇੱਕ ਪਾਸੇ ਇੱਕ ਜਿਹੜਾ ਪੱਠਾ ਪਿਓਰ ਦਾ ਹੈਗਾ ਵਾ, ਉਹਦੇ ਬਾਕੀ ਸਾਰੇ ਗੋਲਡ ਨਹੀਂ ਹੈਗੇ। ਅਤੇ ਜਿਹੜੇ ਉਹ ਟੈਡੀ ਜੋੜਾ ਇਹ ਕਿਹੜਾ ਸਖੀ ਪੱਟੀ ਵਾਲਾ? ਇਹ ਜੋੜਾ ਇਹ ਕੂਤਾ ਦਾ ਬੱਚਾ ਮੈਂ ਛੱਡਿਆ ਪਹਿਲਾਂ, ਮੈਂ ਬਾਹਰ ਲੈ ਗਿਆ ਫੜ ਕੇ। ਅੱਛਾ ਸ਼ਾਮੀ ਵਾਪਸ ਆ ਗਿਆ ਛੁੱਟ ਗਈ ਕਾਲੇ ਜੋੜੇ ਦਾ? ਕੀਨੇ ਦਾ ਗੋਲਡਨ ਮਾਦਾ ਨਾ ਕਰਿਆ। ਅੱਛਾ ਇਸ ਕਬੂਤਰ ਦਾ ਦੂਸਰੀ ਗੋਲਡਨ ਮਾਦਾ ਨਾ? ਹਾਂ ਇਹ ਹੁਣ ਖਾਲਸ ਜੋੜਾ ਮਿਲਾਇਆ।